ਹਾਂਜੀ ਦੋਸਤੋ, ਅਸਲਾਮ ਵਾਲੇਕਮ। ਅਤੇ ਕੀ ਹਾਲ ਚਾਲ ਹੈ ਜੀ? ਹੋਰ ਸੁਣਾਓ, ਸਿਹਤਾਂ ਤਬੀਤਾਂ ਕੈਸੀਆਂ ਨੇ? ਉਮੀਦ ਕਰਦਾ ਸਭ ਦੋਸਤ ਭਰਾ ਅਖਰੀਅਤ ਨਾਲ ਹੋਣਗੇ ਜੀ। ਲਓ ਜੀ, ਹੁਣ ਸ਼ੁਰੂ ਕਰਨ ਲੱਗੇ ਹਾਂ ਗਿਫਟ ਸੀਰੀਜ਼। ਜਿਹੜੇ ਦੋਸਤਾਂ ਨੇ ਮੈਨੂੰ ਗਿਫਟ ਕੀਤੇ ਨੇ, ਪਰਿੰਦੇ ਜਾਂ ਬੱਚੇ, ਉਹ ਤੁਹਾਨੂੰ ਦਿਖਾਵਾਂਗੇ। ਅਤੇ ਫਸਟ ਜੀ, ਡਾਕਟਰ ਜ਼ਕਰੀਆ ਮੁਜਾਹਿਦ ਸਾਹਿਬ ਕੈਨੇਡਾ ਵਾਲੇ, ਉਹਨਾਂ ਨੇ ਮੈਨੂੰ ਇਹ ਜ਼ੀਰਾ ਭੇਜਿਆ ਤਾ ਗਿਫਟ 'ਤੇ। ਅਤੇ ਪਿੱਛੇ ਆਏ ਬੇਟਾ, ਜ਼ਰਾ ਦਿਖਾਏ। ਇਹਦੇ ਨਾਲ ਮਾਦਾ ਸੀ ਜਿਹੜੀ ਆਈ, ਜੋੜਾ ਹੀ ਸੀ, ਮਾਦਾ ਮਰ ਗਈ ਹੈ ਅਤੇ ਨਰ ਰਹਿ ਗਿਆ। ਮਾਦਾ ਵੀ ਇਹ ਅਟੈਕ ਹੋਇਆ ਇਹਨੂੰ ਸਰਦੀਆਂ 'ਚ, ਅਤੇ ਹੁਣ ਇਹਦੇ ਨਾਲ ਮੈਂ ਇੱਕ ਹੋਰ ਮਾਦਾ ਲਗਾਈ, ਉਹ ਵੀ ਤੁਹਾਨੂੰ ਮੈਂ ਦਿਖਾਉਂਦਾ ਵਾਂ। ਅਤੇ ਜ਼ਰੂਰ ਦੱਸਿਓ ਮੈਨੂੰ ਕਿ ਕੈਸਾ ਰਿਹਾ ਜੋੜਾ, ਜਾਂ ਅੱਛਾ ਰਹੇਗਾ ਕਿ ਨਹੀਂ। ਵਾਈਬ੍ਰੇਸ਼ਨ ਸ਼ਾਇਦ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਦੋਸਤਾਂ ਨੂੰ। ਇਹ ਸਿਆਲਕੋਟ 'ਚ ਜ਼ੀਰੇ ਮਸ਼ਹੂਰ ਨੇ, ਇਹ ਉਹਨਾਂ 'ਚੋਂ ਮੈਨੂੰ ਆਇਆ ਤਾ ਪਰਿੰਦਾ, ਵੱਡਾ ਹੈ, ਵੱਡਾ ਨਾਰੇ। ਠੀਕ ਹੈ ਜੀ, ਇਹ ਉਸਤਾਦ ਹਸਨ ਸ਼ਾਹ ਸਾਹਿਬ ਵਾਲੇ ਜ਼ੀਰੇ ਨੇ ਜੀ। ਇਹ ਕੜੀ ਉਹਨਾਂ ਦੇ ਘਰ ਦੀ ਹੈ ਸ਼ਾਇਦ, ਹਾਂ ਇਹ ਕੜੀ ਉਹਨਾਂ ਦੇ ਘਰ ਦੀ ਮੇਰੇ ਖਿਆਲ ਨਾਲ, ਕਿਉਂਕਿ ਦੱਸ ਰਹੇ ਸਨ ਕਿ ਇੱਕ ਕੜੀ ਉਹਨਾਂ ਦੇ ਘਰ ਦੀ ਹੈ। ਹੁਣ ਪਤਾ ਨਹੀਂ 31 ਨੰਬਰ ਉਹਨਾਂ ਦੇ ਘਰ ਦੀ ਹੈ ਉਸਤਾਦ ਹਸਨ ਸ਼ਾਹ ਸਾਹਿਬ ਦੇ, ਜਾਂ 5 ਨੰਬਰ ਵਾਲੀ ਹੈ। ਠੀਕ ਹੈ ਜੀ, ਇਹ ਮਾਦਾ ਲਗਾਈ ਉਹਦੇ ਨਾਲ, ਕਿਉਂਕਿ ਉਹਦੇ ਨਾਲ ਜਿਹੜੀ ਮਾਦਾ ਆਈ ਸੀ ਉਹ ਮਰ ਗਈ ਹੈ। ਅੱਗੋਂ ਹੁਣ ਮੈਂ ਖੁਦ ਲਗਾਈ ਹੈ ਆਪਣੀ ਮਾਦਾ, ਉਹ ਸੀ ਮੇਰੇ ਜਿਹੜੀ ਅਵੇਲ ਸੀ, ਮੈਂ ਸਮਝਦਾ ਸਾਂ ਕਿ ਇਹ ਮੁਨਾਸਬ ਰਹੇਗੀ। ਦੱਸਿਓ ਮੈਨੂੰ ਕਿ ਜੋੜਾ ਠੀਕ ਰਹੇਗਾ ਕਿ ਨਹੀਂ। ਐਂ ਜੀ, ਜ਼ਰਾ ਇੱਧਰ ਦਿਖਾਏ। ਇਹ ਗ੍ਰੇ ਜਿਹੀ ਲਾਖੀ ਹੈ ਮਾਦੀ, ਪਤਾ ਨਹੀਂ ਕਿਹੜੀ ਬਰੀਡ ਹੈ। ਠੀਕ ਹੈ ਜੀ, ਵਾਈਬ੍ਰੇਸ਼ਨ ਇਹਦੇ 'ਚ ਵੀ ਪੂਰੀ ਹੈ। ਯਹਾਂ ਸੇ ਦਿਖਾਨਾ ਹੈ ਆਪਕੋ। ਦੁੱਮ ਦਾ ਵੀ ਕਲਰ ਉਹੀ ਹੈ, ਲਾਖਾ ਜਿਹਾ ਗ੍ਰੇ ਵੇ ਕਲਰ। ਠੀਕ ਹੈ ਜੀ, ਅੱਖ ਦਾ ਸ਼ੌਕ ਕਰੋ। ਕਮੈਂਟਸ 'ਚ ਜ਼ਰੂਰ ਦੱਸੋ ਕਿ ਕੈਸਾ ਲੱਗਿਆ ਜੋੜਾ। ਨਾਲ ਡਾਕਟਰ ਜ਼ਕਰੀਆ ਸਾਹਿਬ ਦੇ ਘਰ ਦਾ ਮਾਦਾ ਮੈਂ ਆਪਣੇ ਕੋਲੋਂ ਲਗਾਈ ਹੈ ਜੀ। ਜ਼ਰੂਰ ਦੱਸਿਓ ਪਰਿੰਦੇ ਕਿਸ ਤਰ੍ਹਾਂ ਦੇ ਲੱਗੇ ਨੇ। ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰੋ ਅਤੇ ਜ਼ਰੂਰ ਜਿਹੜਾ ਨਾ ਦੱਸੋ ਕਿ ਕੈਸੇ ਲੱਗੇ ਨੇ ਪਰਿੰਦੇ, ਜਿਹੜੇ ਗਿਫਟ ਆਏ ਨੇ, ਜਿਹੜੇ ਦੋਸਤ ਭਰਾਵਾਂ ਨੇ ਮੈਨੂੰ ਗਿਫਟ ਭੇਜੇ ਨੇ। ਜਜ਼ਾਕ ਅੱਲਾ।
ਅੱਲਾ ਹਾਫਿਜ਼ ਤੇ ਰੱਬ ਰੱਖਾ ਜੀ। ਅਸਲਾਮ ਅਲੈਕੁਮ।